ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ 'ਤੇ। ਮੋਰਨਿੰਗ ਦਾ ਟਾਈਮ ਹੈ ਜੀ, ਅਤੇ ਆਹ ਮੈਂ ਕੁਛ ਕੁ ਟਮਾਟਰ ਤੋੜੇ ਸੀ, ਇਹਨਾਂ ਨੂੰ ਘੰਟਾ ਕੁ ਪਹਿਲਾਂ ਮੈਂ ਧੋ ਕੇ ਰੱਖਤਾ ਸੀ ਪੱਖੇ ਥੱਲੇ ਅਤੇ ਸੁੱਕ ਗਏ, ਅਤੇ ਹੁਣ ਇਹਨੂੰ ਡੱਬੇ ਦੇ ਵਿੱਚ ਪੈਕ ਕਰਕੇ ਰੱਖ ਦਾਂਗੇ। ਆਹ ਪਹਿਲਾਂ ਦਾ ਇੱਕ ਟਮਾਟਰ ਆ, ਇਹ ਤਾਂ ਸਬਜ਼ੀ ਵਾਲੇ ਤੋਂ ਲਿਆ ਸੀ, ਇਹ ਘਰ ਦੇ ਆਪਣੇ ਟਮਾਟਰ ਸਬਜ਼ੀ ਵਾਸਤੇ। ਹੁਣ ਇਹਨੂੰ ਡੱਬੇ ਦੇ ਵਿੱਚ ਪੈਕ ਕਰਕੇ ਰੱਖ ਦੂੰਗੀ ਫਰਿੱਜ ਦੇ ਵਿੱਚ, ਕਿਉਂਕਿ ਅਗਰ ਆਪਾਂ ਡੱਬੇ ਦੇ ਵਿੱਚ ਪੈਕ ਕਰਕੇ ਰੱਖਦੇ ਹਾਂ ਨਾ, ਫਿਰ ਇਹ ਖਰਾਬ ਨਹੀਂ ਹੁੰਦੇ, ਕਾਫੀ ਦਿਨ ਐਵੇਂ ਹੀ ਫਰੈਸ਼ ਰਹਿੰਦੇ ਆ, ਬਿਲਕੁਲ ਤਾਜ਼ਾ। ਅਤੇ ਜੇ ਆਪਾਂ ਖੁੱਲ੍ਹੇ ਰੱਖ ਦਿੰਦੇ ਹਾਂ ਫਿਰ ਉਹ ਥੋੜ੍ਹੇ ਪਿਲਪਲੇ ਜਿਹੇ ਹੋ ਜਾਂਦੇ ਨੇ, ਅਤੇ ਇਸ ਤਰ੍ਹਾਂ ਦੇ ਡੱਬੇ ਆਪਣੇ ਘਰ 'ਚ ਅਕਸਰ ਹੁੰਦੇ ਹੀ ਆ, ਹੈ ਨਾ, ਚੋਕਲੇਟਾਂ ਵਾਲੇ, ਬਿਸਕੁਟਾਂ ਵਾਲੇ, ਕੋਈ ਨਾ ਕੋਈ ਖਾਲੀ ਡੱਬੇ ਹੁੰਦੇ ਹੀ ਆ। ਅਤੇ ਇਸ ਤਰੀਕੇ ਮੈਂ ਡੱਬੇ ਮਿਰਚਾਂ ਵੀ ਡੱਬੇ ਦੇ ਵਿੱਚ ਹੀ ਐਂ ਪੈਕ ਕਰਕੇ ਰੱਖਦੀ ਹਾਂ, ਇਹਨਾਂ ਨੂੰ ਧੋ ਕੇ ਸੁਕਾ ਕੇ ਫਿਰ, ਇੱਕ ਤਾਂ ਇਹ ਮੌਜ ਹੁੰਦੀ ਆ ਕਿ ਫਿਰ ਧੋਤੀਆਂ ਹੋਈਆਂ ਆਪਾਂ ਰੱਖੀਆਂ ਹੁੰਦੀਆਂ, ਬਸ ਚੱਕ ਕੇ ਫਰਿੱਜ 'ਚੋਂ ਐਵੇਂ ਯੂਜ਼ ਕਰ ਲਓ, ਨਿੰਬੂ ਨੇ ਦੋ ਤਿੰਨ, ਅਤੇ ਇਹ ਵੀ ਮੈਂ ਧੋ ਕੇ ਸੁਕਾ ਕੇ ਡੱਬੇ 'ਚ ਇਸੇ ਤਰੀਕੇ ਪੈਕ ਕਰਕੇ ਇਹਨਾਂ ਨੂੰ ਰੱਖ ਦੂੰਗੀ। ਕਈ ਦਿਨ ਨਿਕਲ ਜਾਣਗੇ, ਫਿਰ ਦੁਬਾਰਾ ਫਿਰ ਰੱਖ ਲਾਂਗੇ, ਅਤੇ ਇਸ ਤਰੀਕੇ ਨਾਲ ਫਿਰ ਇਹ ਬਿਲਕੁਲ ਫਰੈਸ਼ ਤਾਜ਼ਾ ਤਾਜ਼ਾ ਰਹਿੰਦੀਆਂ ਨੇ, ਵਧੀਆ ਰਹਿੰਦੀਆਂ ਨੇ ਇਸੇ ਤਰ੍ਹਾਂ। ਆਹ ਦੇਖੋ ਜੀ, ਮੈਂ ਬਣਾਈ ਭਿੰਡੀਆਂ ਦੀ ਸਬਜ਼ੀ, ਇਹ ਵੀ ਘਰ ਦੀਆਂ ਭਿੰਡੀਆਂ ਨੇ, ਥੋੜ੍ਹੀਆਂ ਜਿਹੀਆਂ ਲੱਗੀਆਂ ਹੋਈਆਂ ਸੀ, ਮੈਂ ਤੋੜ ਕੇ ਪਿਆਜ਼ ਜ਼ਿਆਦਾ ਪਾ ਲਏ ਵਿੱਚ, ਚਲੋ ਆਪਣੇ ਸਵੇਰ ਦੀ ਰੋਟੀ ਪਾਣੀ ਹੋ ਜੂਗਾ ਇਹਦੇ ਨਾਲ। ਅਤੇ ਇੱਥੇ ਹੁਣ ਜੀ ਹੋ ਗਈਆਂ ਰੈਡੀ, ਕਿੱਥੇ ਚੱਲਿਆ ਤੁਹਾਨੂੰ ਉਹ ਵੀ ਦੱਸਾਂਗੇ। ਹਾਂ ਚਲੋ ਬਸ ਰੈਡੀ ਹੁਣ ਜੀ, ਆਪਾਂ ਘਰੋਂ ਤੁਰ ਪਏ ਹਾਂ, ਰਸਤੇ ਵਿੱਚ ਹਾਂ। ਅਤੇ ਪਲੀਜ਼ ਜੇਕਰ ਤੁਸੀਂ ਨਿਊ ਹੋ ਚੈਨਲ 'ਤੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ, ਅਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ। ਅਤੇ ਬਹੁਤ ਹੌਸਲਾ ਮਿਲਦਾ ਤੁਹਾਡੇ, ਇੰਨੇ ਸੋਹਣੇ ਸੋਹਣੇ ਕਮੈਂਟ ਆਉਂਦੇ ਆ, ਬਹੁਤ ਵਧੀਆ ਲੱਗਦਾ। ਥੈਂਕ ਯੂ ਸਾਰਿਆਂ ਦਾ ਜਿਹੜੇ ਇੰਨੇ ਵਧੀਆ ਕਮੈਂਟ ਕਰਦੇ ਨੇ। ਲਓ ਜੀ ਆਪਾਂ ਚੱਲੇ ਹਾਂ ਰੁਦਰਪੁਰ ਪਹੁੰਚ ਚੱਲੇ ਹਾਂ, ਅਤੇ ਹੁਣ ਲਾ ਲਈਏ ਸੀਟ ਬੈਲਟ। ਆਪਾਂ ਵੀ ਕਿੰਨੇ ਢੀਠ ਹਾਂ ਨਾ, ਅਗਰ ਜੇ ਆਪਾਂ ਨੂੰ ਡਰਨਾ ਹੋਵੇ ਤਾਂ ਆਪਾਂ ਸੀਟ ਬੈਲਟ ਬਿਲਕੁਲ ਨਾ ਲਾਈਏ, ਚਲਾਨ ਕੱਟਣ ਤੋਂ ਡਰਦੇ ਹਾਂ। ਵੈਸੇ ਹੈ ਤਾਂ ਇਹ ਆਪਣੀ ਸੇਫਟੀ ਲਈ ਹੁੰਦੀ ਆ, ਪਰ ਆਪਾਂ ਕਿੱਥੇ ਮੰਨਦੇ ਹਾਂ, ਹੈ ਨਾ। ਆਪਾਂ ਜਿੰਨਾ ਚਿਰ ਡਰਨਾ ਹੋਵੇ ਆ ਉਹ, ਫਿਰ ਆਪਾਂ ਕੋਈ ਕੰਮ ਨਹੀਂ ਕਰਦੇ। ਅਤੇ ਚਲੋ ਜੀ ਰੁਦਰਪੁਰ ਪਹੁੰਚ ਗਏ ਹਾਂ, ਕੀ ਕਰਨਾ ਆ ਰੁਦਰਪੁਰ ਤੁਹਾਨੂੰ ਮੈਂ ਉਹ ਵੀ ਦੱਸਦੀ ਹਾਂ। ਮੇਰੀ ਜਾੜ ਦੇ ਵਿੱਚ ਨਾ ਦੋ ਤਿੰਨ ਦਿਨਾਂ 'ਚੋਂ ਕਾਫੀ ਪੇਨ ਹੋ ਰਿਹਾ ਸੀ, ਬਹੁਤ ਜ਼ਿਆਦਾ ਦਰਦ ਸੀ, ਅਤੇ ਡਾਕਟਰ ਕੋਲ ਚੱਲੇ ਹਾਂ ਦੰਦਾਂ ਵਾਲੇ ਡੈਂਟਲ ਹੋਸਪਿਟਲ 'ਚ, ਅਤੇ ਉੱਥੇ ਭੀੜ ਬਹੁਤ ਹੁੰਦੀ ਆ। ਅੱਜ ਸੰਡੇ ਆ, ਸੰਡੇ ਨੂੰ ਬਹੁਤ ਘੱਟ ਪੇਸ਼ੈਂਟ ਹੁੰਦੇ ਆ। ਅਪਾਇੰਟਮੈਂਟ ਲੈ ਲਈ ਸੀ, 11:30 ਵਜੇ ਦੀ ਅਪਾਇੰਟਮੈਂਟ ਮਿਲੀ ਆ, ਅਤੇ ਸੰਡੇ ਵਾਲੇ ਦਿਨ ਇਹ ਹੁੰਦਾ ਵੀ ਘੱਟ ਪੇਸ਼ੈਂਟ ਹੁੰਦੇ ਆ ਅਤੇ ਟਾਈਮ ਘੱਟ ਲੱਗਦਾ, ਅਤੇ ਵੈਸੇ ਹੋਰ ਦਿਨਾਂ 'ਚ ਤਾਂ ਬਹੁਤ ਜ਼ਿਆਦਾ ਭੀੜ ਹੁੰਦੀ ਆ, ਫਿਰ ਬਹੁਤ ਵੇਟ ਕਰਨੀ ਪੈਂਦੀ ਹੈ, ਬਹੁਤ ਔਖਾ ਨੰਬਰ ਆਉਂਦਾ। ਅਤੇ ਆਪਾਂ ਨੂੰ, ਮੈਨੂੰ 11:30 ਵਜੇ ਦੀ ਅਪਾਇੰਟਮੈਂਟ ਮਿਲੀ ਆ, ਅਤੇ 11:15 ਹੋਏ ਆਪਾਂ ਪਹੁੰਚ ਗਏ ਟਾਈਮ ਨਾਲ, ਅਤੇ ਫਿਰ ਦਿਖਾਉਂਦੇ ਹਾਂ ਡਾਕਟਰ ਨੂੰ ਕੀ ਪ੍ਰੋਬਲਮ ਆ, ਜਾਂ ਤਾਂ ਫੀਲਿੰਗ ਹੋਊਗੀ। ਆ ਦੇਖੋ ਜੀ ਮਾਰਕੀਟ ਰੁਦਰਪੁਰ ਦੀ, ਅਤੇ ਹੁਣ ਡਾਕਟਰ ਦੇ ਪਹੁੰਚ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਵੈਸੇ ਮੈਂ ਅੰਦਰ ਜ਼ਿਆਦਾ ਵੀਡੀਓ ਨਹੀਂ ਬਣਾਉਂਗੀ, ਹੈ ਨਾ, ਕਿਉਂਕਿ ਵਧੀਆ ਨਹੀਂ ਲੱਗਦਾ, ਅਤੇ ਫਿਰ ਤੁਹਾਨੂੰ ਬਾਅਦ ਵਿੱਚ ਦੱਸਦੀ ਹਾਂ। ਲਓ ਜੀ ਪਹੁੰਚ ਗਏ ਅਸੀਂ ਡਾਕਟਰ ਦੇ, ਅਤੇ ਦੇਖਦੇ ਹਾਂ ਡਾਕਟਰ ਕੀ ਕਹਿੰਦਾ। ਗੱਡੀ ਕਿੱਥੇ ਆਉਂਗੇ, ਜਗ੍ਹਾ ਨਹੀਂ ਹੋਣੀ ਇੱਥੇ, ਜਗ੍ਹਾ ਨਹੀਂ ਹੈ, ਜਗ੍ਹਾ ਨਹੀਂ ਹੈ। ਜਗ੍ਹਾ ਤਾਂ ਬਣ ਜਾਏਗੀ, ਜਗ੍ਹਾ ਬਣਾਉਣਾ ਉੱਥੇ, ਫਿਰ ਕਿੱਥੇ ਲਾਉਂਗੇ, ਇੱਥੇ ਲਾ ਦੇਣੀ ਹੈ।
ਜੀਪ ਖੜੀ ਆ ਗਈ। ਚਲੋ ਜੀ ਚਲਦੇ ਹਾਂ ਹੁਣ ਡਾਕਟਰ ਦੇ ਅਤੇ ਫਿਰ ਬਾਅਦ 'ਚ ਮਿਲਦੇ ਹਾਂ ਤੁਹਾਨੂੰ। ਦੇਖੀਏ ਅਗਰ ਉੱਥੇ ਵੀ ਬਣਾ ਸਕੀਏ। ਲਓ ਜੀ ਆ ਗਏ ਡੈਂਟਲ ਕੇਅਰ ਸੈਂਟਰ 'ਤੇ। ਚੱਲ ਕੇ ਅੰਦਰ ਦੇਖਦੇ ਹਾਂ ਹੁਣ ਕਿੰਨਾ ਕੁ ਟਾਈਮ ਲੱਗੂਗਾ। ਵੈਸੇ ਉਮੀਦ ਆ ਜਲਦੀ ਫ੍ਰੀ ਹੋ ਜਾਵਾਂਗੇ। ਲਓ ਜੀ ਸੈਕਿੰਡ ਫਲੋਰ 'ਤੇ ਡਾਕਟਰ ਆ। ਅਸੀਂ ਰਿਸੈਪਸ਼ਨ 'ਤੇ ਪਤਾ ਕੀਤਾ ਅਤੇ ਕਹਿੰਦੇ ਕਿ ਚਲੇ ਜਾਓ, ਤੁਹਾਡਾ ਹੀ ਵੇਟ ਕਰ ਰਹੇ ਆ ਡਾਕਟਰ। ਅਤੇ ਹੁਣ ਆਪਾਂ ਆ ਗਏ ਉੱਪਰ। ਇੱਥੇ ਹੁਣ ਇੱਕ ਪੇਸ਼ੈਂਟ ਸੀ ਅੰਦਰ, ਉਹਦੀ ਵੇਟ ਕਰ ਰਹੇ ਹਾਂ। ਉਹਦੇ ਬਾਹਰ ਆਉਣ ਤੋਂ ਫਿਰ ਮੈਂ ਅੰਦਰ ਜਾਊਂਗੀ ਅਤੇ ਫਿਰ ਦਿਖਾਉਂਦੀ ਹਾਂ। ਲਓ ਜੀ ਦਿਖਾ ਲਿਆ ਡਾਕਟਰ ਨੂੰ ਅਤੇ ਉਹਨੇ ਕੁਛ ਦਵਾਈ ਦਿੱਤੀ ਆ ਅਤੇ ਥੋੜ੍ਹੀ ਬਹੁਤ ਤੋਂ ਕਹਿੰਦਾ ਫੀਲਿੰਗ ਕਰਨੀ ਪੈ ਸਕਦੀ ਆ, ਪਹਿਲਾਂ ਦਵਾਈ ਖਾਓ। ਅਤੇ ਹੁਣ ਅਸੀਂ ਆ ਗਏ ਇੱਥੇ ਵੀ ਮਾਰਟ ਮੋਲ 'ਚ। ਇੱਥੇ ਹਰਸ਼ ਨੇ ਟੀ ਸ਼ਰਟਾਂ ਦੇਖਣੀਆਂ ਸੀ ਅਤੇ ਸੈਕਿੰਡ ਫਲੋਰ 'ਤੇ ਆ ਕਹਿੰਦੇ ਉੱਪਰ। ਇੱਥੇ ਤਾਂ ਲੇਡੀਜ਼ ਦਾ ਹੀ ਆ ਸਾਰਾ ਕੁਛ ਅਤੇ ਉੱਪਰ ਦੇਖਦੇ ਹਾਂ ਜਾ ਕੇ। ਵਧੀਆ ਇੱਥੋਂ ਵਧੀਆ ਚੀਜ਼ ਮਿਲ ਜਾਂਦੀ ਆ, ਕਾਫੀ ਵਰਾਇਟੀ ਹੁੰਦੀ ਆ ਅਤੇ ਰੇਟ ਵੀ ਮੈਨੂੰ ਤਾਂ ਠੀਕ ਲੱਗਦੇ ਆ ਅਤੇ ਨਾਲੇ ਸਾਰੀ ਚੀਜ਼ ਹੁੰਦੀ ਆ ਨਾ, ਜ਼ਿਆਦਾ ਇੱਧਰ ਉੱਧਰ ਘੁੰਮਣ ਦੀ ਜ਼ਰੂਰਤ ਨਹੀਂ ਪੈਂਦੀ। ਘਰ ਦਾ ਸਮਾਨ ਵੀ ਹੁੰਦਾ। ਦੇਖੋ ਟੀ ਸ਼ਰਟਾਂ ਬਹੁਤ ਪਿਆਰੀਆਂ ਪਿਆਰੀਆਂ ਸੀ ਪਰ ਹਰਸ਼ ਨੂੰ ਕੁਛ ਪਸੰਦ ਨਹੀਂ ਸੀ ਆ ਰਿਹਾ ਕਿਉਂਕਿ ਜਦੋਂ ਜ਼ਿਆਦਾ ਚੀਜ਼ ਹੁੰਦੀ ਆ ਨਾ ਫਿਰ ਉਹਦੇ ਵਿੱਚੋਂ ਲੱਭਣੀ ਔਖੀ ਹੋ ਜਾਂਦੀ ਆ। ਅਤੇ ਇੱਕ ਦੋ ਕੀ ਸ਼ਰਟਾਂ ਲਈਆਂ ਇਹਨੇ ਅਤੇ ਫਿਰ ਅਸੀਂ ਘਰ ਚਲੇ ਗਏ। ਕਿਵੇਂ ਲੱਗਿਆ ਅੱਜ ਦਾ ਵਲੌਗ ਕਮੈਂਟ ਕਰਕੇ ਜ਼ਰੂਰ ਦੇਖ ਦੱਸਿਓ ਜੀ। ਫੁੱਲ ਵਾਚ ਕਰਨ ਲਈ ਥੈਂਕ ਯੂ ਸੋ ਮਚ।